ਤੇ ਬ੍ਰੇਕ ਤੋਂ ਬਾਅਦ ਅਸੀਂ ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਔਰ ਵਿਚਾਰ ਵਟਾਂਦਰਾ ਅਸੀਂ ਕਰ ਰਹੇ ਹਾਂ ਜਿਹੜੀ ਬਾਇਓਪਿਕ ਜ਼ੀ ਯਾਨੀ ਕਿ ਐਸਐਲ ਗਰੁੱਪ ਵੱਲੋਂ ਲਾਂਚ ਕੀਤੀ ਜਾ ਰਹੀ ਹੈ ਜੋ 16 ਜੁਲਾਈ ਨੂੰ ਲਾਂਚ ਹੋਣੀ ਹੈ ਐਂਡ ਇਸ ਫਿਲਮ ਦਾ ਟਾਈਟਲ ਜਿਹੜਾ ਉਹ ਕਿਰਨਜੀਤ ਕੌਰ ਜਿਹੜਾ ਉਹ ਦਿੱਤਾ ਗਿਆ ਐਂਡ ਉਸ ਤੋਂ ਬਾਅਦ ਕੰਟਰੋਵਰਸੀ ਇਸ ਕਰਕੇ ਜੁੜੀ ਹੈ ਜਿਹੜੀ ਧਾਰਮਿਕ ਸੰਸਥਾਵਾਂ ਹਨ ਯਾਨੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸਤਰੀ ਅਕਾਲੀ ਦਲ ਉਹਨਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਕਿ ਕੌਰ ਟਾਈਟਲ ਜਿਹੜਾ ਇਸ ਫਿਲਮ ਦੇ ਵਿੱਚ ਯਾਨੀ ਕਿ ਇਸ ਬਾਇਓਪਿਕ ਦੇ ਵਿੱਚ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਐਡਲਟ ਫਿਲਮ ਸਟਾਰ ਨੇ ਸਨੀ ਲਿਓਨੀ ਪਹਿਲਾਂ ਉਹਨਾਂ ਨੂੰ ਇਸ ਨਾਂ ਦੇ ਵਜੋਂ ਪਹਿਚਾਣਿਆ ਜਾਂਦਾ ਅਤੇ ਮੈਂ ਜਿਸ ਤਰੀਕੇ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਕਿ ਅਜਿਹੀਆਂ ਕਈ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ਜੋ ਕਿ ਸਿੱਖ ਬੋਡੀਜ਼ ਵੱਲੋਂ ਉਹਨਾਂ ਨੂੰ ਨਹੀਂ ਸਿਰਾਇਆ ਜਾਂਦਾ ਉਹਨਾਂ ਫਿਲਮਾਂ ਦੇ ਵੱਲ ਇਤਰਾਜ਼ ਜਿਹੜਾ ਜਤਾਇਆ ਜਾਂਦਾ ਆਪਣਾ ਰੋਸ ਜਿਹੜਾ ਜਤਾਇਆ ਜਾਂਦਾ ਔਰ ਅਸੀਂ ਲਗਾਤਾਰ ਵੇਖਦੇ ਆਏ ਹਾਂ ਕਿ ਕਈ ਫਿਲਮਾਂ ਕੰਟਰੋਵਰਸੀ ਦੇ ਵਿੱਚ ਰਹੀਆਂ ਹਨ ਜੋ ਕਿ ਸਿਲਵਰ ਸਕਰੀਨ ਦੇ ਉੱਤੇ ਆ ਵੀ ਨਹੀਂ ਸਕੀਆਂ ਕਿ ਤੁਹਾਨੂੰ ਲੱਗਦਾ ਕਿ ਇਸ ਮੁਤਲਕ ਵਾਕਈ ਹੀ ਸੋਚਣ ਦੀ ਜ਼ਰੂਰਤ ਹੈ ਵਾਕਈ ਹੀ ਇਹ ਗੰਭੀਰ ਮੁੱਦਾ ਹੈ ਤੁਸੀਂ ਮੈਨੂੰ ਠੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਔਰ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਐਕਟਰਸ ਜਿਹੜੀਆਂ ਹੈਗੀਆਂ ਜੋ ਕਿ ਫਿਲਮਾਂ ਦੇ ਵਿੱਚ ਕੰਮ ਕਰਦੀਆਂ ਹੈਗੀਆਂ ਉਹਨਾਂ ਦਾ ਨਾਂ ਵੀ ਕੌਰ ਹੈਗਾ ਔਰ ਉਹ ਕਈ ਫਿਲਮਾਂ ਦੇ ਵਿੱਚ ਕੰਮ ਵੀ ਕਰ ਚੁੱਕੀਆਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਫੋਨ ਲਾਈਨ 'ਤੇ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀ ਟੀਮ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਦੇ ਵੀ ਕਮੈਂਟਸ ਇਸ ਮੁਤਲਕ ਜਾਣਨ ਦੀ ਅਸੀਂ ਕੋਸ਼ਿਸ਼ ਕਰੀਏ ਲੇਕਿਨ ਇਸ ਵਿਸ਼ੇ ਦੇ ਉੱਤੇ ਤੁਸੀਂ ਕੀ ਕੁਝ ਕਹਿਣਾ ਚਾਹੁੰਦੇ ਹੋ ਹੇਠ ਲਿਖੇ ਨੰਬਰ ਦੇ ਉੱਤੇ ਯੂ ਕੈਨ ਕਾਲ ਮੀ ਤੁਸੀਂ ਕਾਲ ਕਰਕੇ ਆਪਣੀ ਗੱਲ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਔਰ ਅੱਜ ਆਪਾਂ ਕਿਉਂ ਮੁੱਦਾ ਕਰ ਰਹੇ ਹਾਂ ਮੁੱਦੇ ਦੇ ਵਿੱਚ ਸਵਾਲ ਜਿਹੜੇ ਬੰਦੇ ਹਨ ਉਹ ਮੈਂ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਉਣਾ ਚਾਹੁੰਦਾ ਜਿਸ ਬਾਇਓਪਿਕ ਦੀ ਮੈਂ ਗੱਲ ਕਰ ਰਿਹਾ ਉਹ ਬਾਇਓਪਿਕ Z5 ਯਾਨੀ ਕਿ ਐਸਐਲ ਗਰੁੱਪ ਜ਼ੀ ਨੈਟਵਰਕ ਵੱਲੋਂ ਲਾਂਚ ਕੀਤੀ ਗਈ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁਤਲਕ ਆਪਣੀ ਚਿੱਠੀ ਜਿਹੜੀ ਆ ਉਹ ਐਸਐਲ ਗਰੁੱਪ ਦੇ ਮਾਲਕ ਸੁਭਾਸ਼ ਚੰਦਰਾ ਨੂੰ ਔਰ ਉਹ ਸੰਸਦ ਮੈਂਬਰ ਵੀ ਹਨ ਮੈਂਬਰ ਆਫ ਪਾਰਲੀਮੈਂਟ ਵੀ ਹਨ ਬੀਜੇਪੀ ਤੋਂ ਉਹਨਾਂ ਨੂੰ ਲਿਖ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਵੈਬ ਸੀਰੀਜ਼ ਤੁਸੀਂ ਕਿਰਨਜੀਤ ਕੌਰ ਦੇ ਰਹੇ ਹੋ ਦੀ ਅਨਟੋਲਡ ਸਟੋਰੀ ਉਹ ਟਾਈਟਲ ਤੁਸੀਂ ਹਟਾਓ ਜਿਹੜੇ ਦਰਸ਼ਕ ਹੁਣ ਇਸ ਟਾਈਮ ਮੇਰੇ ਨਾਲ ਜੁੜੇ ਨੇ ਮੈਂ ਟੈਕਨੀਕਲ ਟੀਮ ਨੂੰ ਦਰਖਾਸਤ ਕਰਾਂਗਾ ਕਿ ਇੱਕ ਵਾਰੀ ਉਹ ਬਾਇਓਪਿਕ ਉਹ ਪ੍ਰੋਮੋ ਚਲਾ ਕੇ ਦਿਖਾਉਣ ਜਿਸ ਦੀ ਮੈਂ ਗੱਲ ਇਸ ਟਾਈਮ ਕਰ ਰਿਹਾ ਅੱਜ ਹਮ ਜਿਸ ਸ਼ਖਸੀਅਤ ਕਾ ਇੰਟਰਵਿਊ ਕਰਨੇ ਵਾਲੇ ਹੈ ਉਸੇ ਹਿੰਦੁਸਤਾਨ ਮੇਂ ਪਿਆਰ ਔਰ ਨਫ਼ਰਤ ਦੋਨੋਂ ਬਰਾਬਰ ਬਰਾਬਰ ਮਿਲਤੇ ਹੈ ਲੇਕਿਨ ਬਹੁਤ ਸਾਰੇ ਲੋਕੋਂ ਕੇ ਲੀਏ ਯੇ ਵੋ ਹੈ ਜੋ ਇੱਕ ਭਾਰਤੀਯ ਨਾਰੀ ਕੋ ਨਹੀਂ ਹੋਣਾ ਚਾਹੀਏ ਸਨੀ ਲਿਓਨੀ ਤੇ ਫੋਨ ਮੈਨੂੰ ਆਉਣੇ ਸ਼ੁਰੂ ਹੋ ਚੁੱਕੇ ਹਨ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹੁਣ ਤੁਸੀਂ ਕੀ ਕੰਕਲੂਜਨ ਕਰਨਾ ਚਾਹੁੰਦੇ ਹੋ ਵੀ ਆਲਵੇਜ਼ ਵੇਟ ਫੋਰ ਯੋਰ ਕੰਕਲੂਜਨਸ ਸਤਿ ਸ਼੍ਰੀ ਅਕਾਲ ਜੀ ਹੈਲੋ ਤੁਸੀਂ ਕੌਣ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਦੇਖੋ ਅਸੀਂ ਕਿਸੇ ਦਾ ਨਾਂ ਨਹੀਂ ਚੇਂਜ ਕਰ ਸਕਦੇ ਅਗਰ ਕੌਰ ਲੱਗਾ ਜਾਂ ਕੋ ਜਿਹੜਾ ਵੀ ਲੱਗਾ ਹੈ ਹੁਣ ਕੋਈ ਆਦਮੀ ਸਿੰਘ ਹੈਗਾ ਉਹ ਕੋਈ ਗਲਤ ਕੰਮ ਕਰਦਾ ਕ੍ਰਾਈਮ ਵਿੱਚ ਅੰਦਰ ਜਾਂਦਾ ਇਹਦਾ ਮਤਲਬ ਇਹ ਨਹੀਂ ਉਹਨੂੰ ਕਹੀਏ ਸਿੰਘ ਨਾਂ ਲਾ ਦੇ ਤੂੰ ਆਪਣਾ ਨਾਂ ਕਿਉਂਕਿ ਤੂੰ ਜਿਹੜਾ ਰੇਪ ਦਾ ਕੇਸ ਕੀਤਾ ਤੂੰ ਚੋਰੀ ਦਾ ਕੀਤਾ ਤੂੰ ਠੱਗੀ ਦਾ ਕੀਤਾ ਇਹ ਨਾਂ ਤੇ ਤੁਹਾਡਾ ਜਨਮ ਦੇ ਨਾਲ ਉਹਦਾ ਪਾਸਪੋਰਟ ਬਣੇ ਆ ਉਹਦੇ ਨਾਂ ਲਿਖਿਆ ਸਭ ਕੁਝ ਅਸੀਂ ਨਾਂ ਕਿਸੇ ਦਾ ਖੋ ਨਹੀਂ ਸਕਦੇ ਇਹ ਉਹਦੇ ਕਰਮ ਹਨ ਜਿਸ ਤਰ੍ਹਾਂ ਕੋਈ ਭੈੜਾ ਕਰਦਾ ਕੋਈ ਚੰਗਾ ਅਗਰ ਇੱਕ ਚੰਗਾ ਕਰਦਾ ਸਰਦਾਰ ਤੇ ਉਹਨੂੰ ਕੋਰ ਨਹੀਂ ਲਾਉਂਦਾ ਕਈ ਬੰਦੇ ਮੈਂ ਦੇਖਿਆ ਆਪਣਾ ਸਿਰਫ ਨਾਂ ਦੋ ਹੀ ਲਿਖਦੇ ਆਪਣਾ ਸਰਨੇਮ ਤੇ ਜਾਂ ਪਹਿਲਾ ਨਾਂ ਕਈ ਉਹ ਇੱਥੇ ਤੱਕ ਵੱਡੀਆਂ ਵੱਡੀਆਂ ਹਸਤੀਆਂ ਤੇ ਪਹੁੰਚ ਗਏ ਅਸੀਂ ਉਹਨਾਂ ਨੂੰ ਇਹ ਨਹੀਂ ਕਹਦੇ ਬਈ ਤੇਰਾ ਦਿਨਾਲ ਸਿੰਘ ਨਾਂ ਹੈ ਤੂੰ ਕਿਉਂ ਨਹੀਂ ਲਿਖਦਾ ਵੀ ਕੈਨ ਰਿਕੁਐਸਟ ਹੈ ਬਟ ਵੀ ਕਾਂਟ ਫੋਰਸ ਦੈਮ ਮੇਰੇ ਹਿਸਾਬ ਤੇ ਠੀਕ ਹੈ ਉਹ ਕੁੜੀ ਹੁਣ ਇੱਧਰ ਵਿਗੜ ਗਈ ਜਾਂ ਜਿਸ ਪਾਸੇ ਚੱਲ ਪਈ ਹੈ ਵੀ ਕਾਂਟ ਹੈਲਪ ਦੇਖੋ ਪਿਕਚਰਾਂ 'ਚ ਦੇਖੋ ਇਹਨਾਂ ਨੇ ਨਾਂ ਇਤਨੇ ਚੜੇ ਕਿ ਕਿੰਨੇ ਤੁਸੀਂ ਦੇਖੋ ਅੱਧੇ ਕੱਪੜੇ ਕੇ ਛੋਟੇ ਜਿਹੇ ਕੱਪੜੇ ਪਾਏ ਇੱਕ ਰੁਮਾਲ ਜਿਹਨੇ ਕੱਪੜੇ ਪਾਏ ਤੇ ਉਹ ਆਪਣਾ ਸਾਰੇ ਕਰ ਰਹੀਆਂ ਪ੍ਰੋਗਰਾਮ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਡਜ਼ਨਟ ਲੁੱਕ ਨਾਚ ਐਕਟਰਸ ਕਿਉਂਕਿ ਮੇਰਾ ਸਾਰਿਆਂ ਨਾਲ ਮੇਲ ਹੁੰਦਾ ਰਹਿੰਦਾ ਆਈ ਡੂ ਸੀ ਦੈਮ ਆਲ ਦੋਜ਼ ਪੀਪਲ ਇਨ ਇਨ ਬਾਲੀਵੁੱਡ ਹਾਲੀਵੁੱਡ ਸਭ ਪਾਸੇ ਮੈਂ ਮਿਲਦਾ ਰਹਿੰਦਾ ਵਾਂ ਤੇ ਮੇਰੇ ਹਿਸਾਬ ਤੇ ਅਸੀਂ ਨਾਂ ਨਹੀਂ ਖੋ ਸਕਦੇ ਉਹਦੀ ਕੈਨ ਰਿਕੁਐਸਟ ਹੈ ਅਸੀਂ ਖੋਸ ਨਹੀਂ ਕਰ ਸਕਦੇ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਜੀ ਤੇ ਆਪਣੀ ਆਪਣੀ ਪ੍ਰਤੀਕਿਰਿਆ ਗੈਸਟਾਂ ਦੀ ਸਾਡੇ ਕਾਲਰਸ ਦੀਆਂ ਆਉਣੀ ਸ਼ੁਰੂ ਹੋ ਚੁੱਕੀਆਂ ਹਨ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਮੈਨੂੰ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਦੇ ਸਕਦੇ ਹੋ ਇਹਨਾਂ ਦਾ ਕਹਿਣ ਦਾ ਭਾਵ ਹੈ ਕਿ ਅਸੀਂ ਕਿਸੇ ਦਾ ਨਾਂ ਨਹੀਂ ਖੋ ਸਕਦੇ ਲੇਕਿਨ ਇੱਥੇ DSGMC ਅਤੇ SGPC ਕਾਨਫਰੰਟ ਕਰ ਰਹੀਆਂ ਹਨ ਕਿ ਇਹ ਜਿਹੜਾ ਨਾਂ ਹੈਗਾ ਟਾਈਟਲ ਜਿਹੜਾ ਕੌਰ
इस बायोपिक के पिछों की हटाया जाए, किरणजीत लिखे उन्होंने मैटर नहीं करता, लेकिन कौरश जिहड़ा इत्थे यूज किया गया है वह हटाया जाए, तो तुहानू की लगता कि वाकई इनू हटाउण की लोड़ है कि नहीं, इस मुतलक तुसी मेरे नाल अपने विचार साझा कर सकते हो। जिहड़े दर्शक मेरे नाल इस टाइम जुड़े ने उन्होंने मैं दस देव कि एक बायोपिक Z5 यानी कि जी नैटवर्क वालों लॉन्च की गई है। उस बायोपिक दे विच सनी लियोनी जो कि एडल्ट फिल्म स्टार यानी कि कहीं अजे सीनस दे विच उन्होंने वेख्या जा चुके हैं, वर्ल्ड उन्होंने वर्ल्ड पहचानता सनी लियोनी के नाँ तो, ते उन्होंने किरणजीत कौर नहीं लिखना चाहिए, यह कहना है DSGMC SGPC इसतरी अकाली दल का। तो उस तो बाद जी मैं गल कह रहा सी कि कई फिल्म अजिहा पहले भी रिलीज़ हो चुकी हैं, जैकलिन फर्नैंडिस जो कि एक फिल्म अदाकारा हैं वो भी किरपान पहन के एक फिल्म दे विच उन्होंने भी दर्शाउण की कोशिश की गई सी, लेकिन जब DSGMC SGPC यानी कि इन संस्थावां ने इस मुतलक अपना डिसीजन सुनाया, जब अपना उन्होंने एतराज़ जताया तो वो सीन जिहड़ा हटा दिता गया। इस तो पहला अक्षय कुमार की जिहड़ी फिल्म सी सिंग इज़ किंग उसनू लैके भी कॉन्ट्रोवर्सी कई बार हो चुकी है, और कई फिल्म अजिहा हैं जिसनू लैके कॉन्ट्रोवर्सी असी वेखते हाँ। लेकिन जेकर मैं हुन हाल फिलहाल दे विच 16 जुलाई नू जो बायोपिक रिलीज़ होनी है कि तुहानू लगता है कि वाकई यह कॉन्ट्रोवर्सी है या फिर इनू कॉन्ट्रोवर्सी क्रिएट करन दी कोशिश की जा रही है, क्योंकि दिल्ली तो MLA और DSGMC जनरल सकत्र मनजिंदर सिंह सिरसा, इसतरी अकाली दल की प्रधान बीबी जगीर कौर, SGPC दे श्रोमणी गुरुद्वारा प्रबंधक कमेटी के प्रेजीडेंट गोबिंद सिंह लौंगेवाल, जथेदार अकाल तख्त साहिब ज्ञानी गुरबचन सिंह, वो अपनी लगातार इतराज़ जताते हुए नजर आ रहे हैं। मेरे नाल होर भी कॉलर जुड़ गए हैं, हरभजन सिंह जी की लगता है तुहानू, सत श्री अकाल सब तो पहला। सत श्री अकाल अपने हरकी सिंह जी, आई एम श्योर यू हैड अ गुड वीकेंड। जी 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 जी, इट्स अ न्यू टॉपिक, लेट्स टॉक। जी जी, असल च हरकी सिंह मैं ये देखता जी के दुनिया इन्नी फास्ट चेंज हो रही है जी, खासकर साढ़े किते बच भी जी, कि मैं यकीन नहीं आता कि भाई हाउ फास्ट वी आर गोइंग जी, यू नो जी, और जिन्ना भी तकरार बढ़ रहा ना, कंफेडरेशन बढ़ रही है जी, यह दुनिया अच मतलब जी नो बड़े डिफरेंट किस्म की बन रही है, उस ना वो माइंड सैट चो थोड़ा जहा बाहर निकल रही है, पढ़ लिख है लोग ने उन्होंने की सोच बड़ी ब्रॉडर टाइप हो रही है, धर्म के बच्चे भी, सोशल बच्चे भी, पोलिटिकल बच्चे मैं देखना यह कंफ्रंटेशन जी हैगी जी जागृत आ रही है ना, वो आ कोई कोई राइट भी है कोई रोंग भी आने। मैं एक दिन जी नो एक दिन मैं फिल्म देखी, एक अपनी इंडियन फिल्म ना भी लै दिना वीर की शादी है जी, जी, जी। कंट्रोवर्सी जी सी तो मैं टेलीविजन देखी थी, वो फिल्म देखने चला गया, अभी भी मैं फिल्म देख आया जिन्होंने संजू जी, जी। वो मैं फिल्म देखने गया था, तो यकीन कर हरकी सिंह जी, उस फिल्म दे विच ऐसे सीन सिगे जी, मैनू शौक लगा जी, के भी वो सीन साढ़े घर च किदा दिखाए जा सकते हैं और वो सेंसर बोर्ड उन्होंने पास किदा कर सकता, मेरे मेरी बिलीव तो बाहर से यू नो जी, जी। फिर वो फिल्म भी मतलब यू नो जिहड़ा अनिल कपूर है उसकी लड़की उस विच काम करती है राइट जी, और लैंग्वेज इन्नी वलगर किस्म की वरती गई है कि मैं कहना उस नूं तुसीं अपने अपने मैं भावा वैसटर्न कंट्रियां च रह रहे हैं बहुत लंबे देर तो, बच्चे वैसटर्न हो चुके हैं, पर फिर भी मैं उस फिल्म नूं अपने घर च नहीं ला सकता यू नो मैनू नहीं पता कि भाई मैं बैकवर्ड जा रहा जां मेरी सोच बैकवर्ड है जां मैं अगे नहीं बढ़िया, ये मैनू नहीं पता हांजी। असी इहनूं हरभजन सिंह जी बैकवर्ड सोच मैनू नी पता, मैं ना लड़की का सुनिया, मैं इदां दे बड़ा बॉदर नहीं करता है टू बी ऑनेस्ट यू नो, मैं वो ना सुनिया लड़की का, मैंने पता कौन है कौन नहीं है, यू नो लॉट ऑफ थिंग्स गोज इन द सोसाइटी एंड द फिल्म इंडस्ट्री, आई डोंट पे मच अटेंशन टू दीस थिंग्स यू नो, पर मैंने नहीं पता की गल है, पर जे तो उस लड़की का ना पहला चरण की उसका ना है सिंह या कौर है यू नो, जे तो पासपोर्ट से ना आ तो फिर तो मेरा ख्याल है कि भी उसकी अपनी मर्जी आ हाँ जी, पर जे वह पासपोर्ट से नहीं ना है वो बॉर्न नहीं हैगी फिर वो ना यूज किया गया, फिर मैं कहूँगा गलत है
पर आगे पब्लिक यू नो इट्स इन पब्लिक डोमेन करेक्ट करेक्ट दैट्स व्हाई हरभजन सिंह जी वी आर कंसर्न दैट वी शुड ਆਪਾਂ ਇਹਨੂੰ ਪਬਲਿਕ ਡੋਮੇਨ ਦੇ ਉੱਤੇ ਛੱਡ ਦਈਏ ਤੁਹਾਡਾ ਕਨਕਲੂਜਨ ਬੜਾ ਜ਼ਰੂਰੀ ਹੈ ਤਾਂ ਕਿ ਤੁਹਾਡੇ ਕਨਕਲੂਜਨਸ ਨੂੰ ਮੈਂ ਲਿਖ ਰਿਹਾ ਆਈ ਐਮ ਰਾਈਟਿੰਗ ਔਨ ਯੂਰ ਕਨਕਲੂਜਨ ਸੋ ਆਈ ਕੈਨ ਰਾਈਟ ਕਨਕਲੂਜਨ ਹਰਕ੍ਰਿਸ਼ਨ ਸਿੰਘ ਇਹੀ ਆ ਕਿ ਦੁਨੀਆ ਚੇਂਜ ਇੰਨੀ ਆ ਰਹੀ ਆ ਯੂ ਨੋ ਉਹਦੇ ਨਾਲ ਸਾਨੂੰ ਕੁਛ ਨਾ ਕੁਛ ਪੇਸ ਰੱਖਣਾ ਪੈਣਾ ਨਹੀਂ ਤਾਂ ਅੱਜ ਦਾ ਨੋ ਵੇਅਰ ਵੀ ਵਿਲ ਗੋ ਯੂ ਨੋ ਸਾਡੇ ਆਪਣੇ ਘਰਾਂ ਦੇ ਵਿੱਚ ਭਾਵੇਂ ਅਸੀਂ ਜਿੰਨੇ ਆਰਥੋਡਾਕਸ ਮਰਜ਼ੀ ਆ ਰਿਲੀਜੀਅਸ ਹੋ ਮਰਜ਼ੀ ਆ ਲੇਕਿਨ ਚੇਂਜ ਇਜ਼ ਕਮਿੰਗ ਸੋ ਫਾਸਟ ਵੀ ਗੋਟ ਟੂ ਯੂ ਨੋ ਆਨਮ ਸੇਡ ਵੀ ਗੋਟ ਟੂ ਆਈ ਡੋਨਟ ਨੋ ਵੇਅਰ ਵੀ ਸਟੈਂਡ ਯੂ ਨੋ ਕਰੈਕਟ ਟੂ ਬੀ ਆਨੈਸਟ ਦੈਟ ਯੂ ਨੋ ਇਟਸ ਵੈਰੀ ਡਿਫਿਕਲਟ ਪਰ ਗੱਲ ਇਹ ਆ ਕਿ ਜਦ ਵਕਤ ਬਦਲਦੇ ਆ ਤਾਂ ਉਹਨਾਂ ਸਾਨੂੰ ਵੀ ਆਪਣਾ ਥੋੜਾ ਜਿਹਾ ਰਵੱਈਆ ਬਦਲਣਾ ਪਊਗਾ ਨਹੀਂ ਤਾਂ ਡੀਐਸਜੀ ਐਮਸੀ ਐਸਜੀਪੀਸੀ ਕਹਿੰਦੀ ਹੈ ਕਿ ਜੇਕਰ ਤੁਸੀਂ ਸਿੰਘ ਨੂੰ ਦਿਖਾਉਣਾ ਚਾਹੁੰਦੇ ਹੋ ਸਿੰਘ ਦਾ ਟਾਈਟਲ ਵਰਤੋਂ ਕਰਨਾ ਚਾਹੁੰਦੇ ਹੋ ਜੇਕਰ ਤੁਸੀਂ ਕੌਰ ਦਾ ਟਾਈਟਲ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਉਹ ਕੌਰ ਉਹ ਹੋਣੀ ਚਾਹੀਦੀ ਹੈ ਕਿ ਜੋ ਇੱਕ ਰੋਲ ਮਾਡਲ ਹੋਏ ਸਾਡੇ ਯੂਥ ਦੇ ਲਈ ਕਿ ਤੁਹਾਨੂੰ ਲੱਗਦਾ ਕਿ ਐਕਟਰੈਸ ਸਨੀ ਲਿਓਨੀ ਸ਼ੀ ਇਜ਼ ਅ ਰੋਲ ਮਾਡਲ ਨਹੀਂ ਹੈਗੀ ਜਾਂ ਫਿਰ ਹੋਰ ਜਿਹੜੇ ਪਹਿਲੀ ਮੂਵੀਆਂ ਬਣੀਆਂ ਦੇ ਆਰ ਨੋਟ ਅ ਰੋਲ ਮਾਡਲ ਫੋਰ ਆਰ ਯੂਥ ਮੈਂ ਇਹ ਗੱਲ ਕਹਿੰਦਾ ਰਾਈਟ ਮੈਂ ਇਹ ਗੱਲ ਕਹਿੰਦਾ ਕਿ ਚਾਹੇ ਉਹਦਾ ਨਾਂ ਕੌਰ ਵਰਤਿਆ ਜਾ ਜਾਂ ਉਹਦਾ ਕੋਈ ਕੋਈ ਦੀਪਾ ਜਾਂ ਅਲਮ ਪੱਲਮ ਜੋ ਹਿੰਦੂ ਨਾਮ ਵਰਤਿਆ ਮੁਸਲਿਮ ਨਾਮ ਵਰਤਿਆ ਗਿਆ ਮੈਨੂੰ ਮੈਂ ਇਹ ਨਹੀਂ ਗੱਲ ਕਹਿ ਰਿਹਾ ਇਹ ਉਹਦੀ ਆਪਣੀ ਮਰਜ਼ੀ ਆ ਪਰ ਮੈਂ ਇਹ ਕਹਿੰਦਾ ਕਿ ਅਗਰ ਉਸ ਫਿਲਮ ਦੀ ਜਿਹੜੀ ਜਿਹੜੀ ਮਤਲਬ ਯੂ ਨੋ ਜਿਹੜੀ ਦਿਖਾਉਣਾ ਹੈਗਾ ਉਹਨੂੰ ਮਤਲਬ ਪਬਲਿਕ ਸਾਡੇ ਕਲਚਰ ਦੇ ਵਿੱਚ ਲਿਆਉਣਾ ਜੇ ਉਹ ਸੀਨ ਜਿਹੜੇ ਗਿਆ ਸੂਟੇਬਲ ਨਹੀਂ ਹੈਗੇ ਤੇ ਚਾਹੇ ਉਹਦਾ ਨਾਂ ਕੌਰ ਆ ਤੇ ਚਾਹੇ ਹੋਰ ਆ ਉਹ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਹਰਭਜਨ ਸਿੰਘ ਜੀ ਆਪਣੀ ਗੱਲ ਮੇਰੇ ਨਾਲ ਸਾਂਝਾ ਕਰਨ ਦੇ ਲਈ ਹੋਰ ਵੀ ਕਾਲਰਸ ਮੈਨੂੰ ਇਸ ਟਾਈਮ ਕਾਲ ਕਰ ਰਹੇ ਨੇ ਜੇਕਰ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਮੈਨੂੰ ਦੇਣਾ ਚਾਹੁੰਦੇ ਹੋ ਯੂ ਕੈਨ ਕਾਲ ਔਨ ਦਿਸ ਨੰਬਰ ਜਿਹੜਾ ਥੱਲੇ ਇਸ ਟਾਈਮ ਚੱਲ ਰਿਹਾ ਟੀ ਵੀ ਸਕਰੀਨ ਦੇ ਉੱਤੇ ਕਾਲ ਕਰਕੇ ਇਸ ਵਿਸ਼ੇ ਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਔਰ ਕੀ ਕੁਝ ਫੀਡਬੈਕ ਤੁਸੀਂ ਦੇਣਾ ਚਾਹੁੰਦੇ ਹੋ ਉਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਇਹੀ ਫੀਡਬੈਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਜਿਨ੍ਹਾਂ ਨੂੰ ਪਹੁੰਚਾਉਣਾ ਸਾਡੇ ਲਈ ਜ਼ਰੂਰੀ ਬਣ ਜਾਂਦਾ ਉਹਨਾਂ ਨੂੰ ਪਹੁੰਚਾਵਾਂਗੇ ਲੇਕਿਨ ਫਿਲਹਾਲ ਮੈਂ ਇੱਕ ਨਿੱਕੇ ਜਿਹੇ ਵਕਫੇ ਲਈ ਰੁਕ ਰਿਹਾ ਇੱਕ ਬ੍ਰੇਕ ਲਈ ਰੁਕ ਰਿਹਾ ਬ੍ਰੇਕ ਤੋਂ ਬਾਅਦ ਮੈਂ ਆ ਕੇ ਜ਼ਰੂਰ ਤੁਹਾਡੀ ਕਾਲਸ ਵੀ ਸੁਣਾਂਗਾ ਮੈਂ ਫਿਲਹਾਲ ਕਿਊ ਦੇ ਵਿੱਚ ਪਾ ਰਿਹਾ ਤੁਸੀਂ ਆਪਣੀ ਫੋਨ ਕਾਲਸ ਨੂੰ ਨਾ ਕੱਟਿਓ ਹੋਲਡ ਦੇ ਵਿੱਚ ਪਾ ਰਿਹਾ ਔਰ ਕੋਸ਼ਿਸ਼ ਕਰਾਂਗਾ ਕਿ ਤੁਹਾਡੀ ਫੋਨ ਕਾਲਸ ਨੂੰ ਲਵਾਂ